जिहड़ा प्रोटेस्ट कर रहे हैं जी साडे इह जिहड़े नवें टाइम टेबल बने सीगे उन्हां चोण जाबता लगण तो बाद जिहड़े पुराने टाइम टेबल आ उह लागू कर दित्ते गए आ उहदे संबंध च असीं जिहड़ा अज प्रोटेस्ट कर रहे हां। हांजी देखो जी जिहड़े अपने टाइम टेबल पहलां बड़िंग साहब जी बना के गए सीगे उहदे नाल हरेक कंपनी नूं बराबर दा अधिकार दित्ता गया सीगा ते जिहड़े पुराने टाइम टेबल सीगे उन्हां च कारपोरेट घराणे आ जिहड़े उन्हां नूं वी वध टाइम दित्ता गया सीगा ते सरकारी टाइम सर्विस नूं जिहड़ा बस सर्विस नूं उहनूं घट समां मिलदा सीगा जिहदे नाल सरकारी अदारे जिहड़े उह घट कमाई करदे सीगे निजी ट्रांसपोर्ट वध कमाई करदे सीगे ते भेदभाव तों दूर उठ के उपर उठ के बड़िंग साहब ने जिहड़े सारे टाइम टेबल बराबर कर दित्ते गए सीगे जिहदे नाल सरकारी बस नूं वी उन्ना टाइम मिलदा सीगा प्राइवेट बस नूं वी उन्ना टाइम मिलदा सीगा ਤਾਂ ਕਰ ਜਿਹੜੇ ਨਾਲ ਪੂਰਾ ਟਾਈਮ ਮਿਲਣਾ ਜਿਹੜੀ ਸੀਗੀ ਸਰਕਾਰੀ ਅਦਾਰਿਆਂ ਦੀ ਜਿਹੜੀ ਕਮਾਈ ਉਹ ਵੱਧ ਗਈ ਸੀਗੀ ਅਤੇ ਪੁਰਾਣਾ ਟਾਈਮ ਟੇਬਲ ਲਾਗੂ ਹੋਣ ਦੇ ਨਾਲ ਜਿਹੜਾ ਹੈਗਾ ਸਾਡੇ ਅਦਾਰੇ ਨੂੰ ਜਿਹੜਾ ਚੂਨਾ ਲੱਗਣਾ ਸ਼ੁਰੂ ਹੋ ਗਿਆ ਤਾਂ ਕਰਕੇ ਅਸੀਂ ਜਿਹੜਾ ਨਵਾਂ ਟਾਈਮ ਟੇਬਲ ਦੀ ਮੰਗ ਨੂੰ ਲੈ ਕੇ ਅੱਜ ਪ੍ਰੋਟੈਸਟ ਕਰ ਰਹੇ ਹਾਂ ਜੀ। ਇਹਦਾ ਮਤਲਬ ਇਹ ਹੈ ਵੀ ਜਿਹੜਾ ਆਰਟੀਓ ਦੀ ਪੁਰਾਣੇ ਕਾਰਪੋਰੇਟਰ ਨਾਲ ਹੀ ਪੁਰਾਣੇ ਅਦਾਰਿਆਂ ਨਾਲ ਪ੍ਰਾਈਵੇਟ ਅਦਾਰਿਆਂ ਨਾਲ ਰਲ ਕੇ ਫਿਰ ਉਹੀ ਜਿਹੜੀ ਚੀਜ਼ ਲਾਗੂ ਹੋ ਰਹੀ ਹੈ ਜਿਹੜੀ ਪਹਿਲਾਂ ਬੰਦ ਗਈ। ਦੇਖੋ ਜੀ ਇਹਦੇ ਸੰਬੰਧ 'ਚ ਤਾਂ ਆਰਟੀਓ ਸਾਹਿਬ ਦੱਸ ਸਕਦੇ ਆ ਜੀ ਜਿਵੇਂ ਲੁਧਿਆਣਾ ਦੇ ਆਰਟੀਓ ਸਾਹਿਬ ਨੇ ਨਵੇਂ ਜਿਹੜੇ ਪੁਰਾਣੇ ਟਾਈਮ ਟੇਬਲ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਵੀ ਜਿਹੜੇ ਨਵੇਂ ਟੇਬਲ ਚੱਲ ਰਹੇ ਆ ਉਹੀ ਚੱਲਣਗੇ। ਠੀਕ ਹੈ ਜੀ ਇਹ ਤਾਂ ਆਰਟੀਓ ਸਾਹਿਬ ਦੱਸ ਸਕਦੇ ਵੀ ਤੁਸੀਂ ਵੀ ਕਿੰਨਾ ਦੀ ਸ਼ਹਿਰ 'ਤੇ ਉਹਨਾਂ ਪੁਰਾਣੇ ਟਾਈਮ ਟੇਬਲ ਚਲਾਇਆ ਜਾਂ ਨਹੀਂ ਚਲਾਏ ਪਰ ਜਿਹੜੇ ਪੁਰਾਣੇ ਟਾਈਮ 'ਤੇ ਚੱਲਣ ਦੇ ਨਾਲ ਨਾਲ ਜਿਹੜਾ ਸਾਡੇ ਸਰਕਾਰੀ ਅਦਾਰੇ ਨੂੰ ਜਿਹੜਾ ਚੂਨਾ ਲੱਗਣਾ ਸ਼ੁਰੂ ਹੋ ਗਿਆ ਏ ਅਤੇ ਜਿਹਦੇ ਨਾਲ ਅਸੀਂ ਆਪਦਾ ਜਿਹੜਾ ਤਿੱਖਾ ਵਿਰੋਧ ਕਰ ਰਹੇ ਹਾਂ। ਇਹ ਟਾਈਮ ਟੇਬਲ ਇਹ ਲਾਗੂ ਕਰਤੇ ਸੀ ਕਿ ਕਰਨੇ ਸੀ ਉਹਨਾਂ ਨੇ? ਕਰ ਦਿੱਤੇ ਸੀਗੇ ਜੀ 17 ਤਰੀਕ ਤੋਂ ਉਹਨਾਂ ਨੇ ਆਰਡਰ ਕੱਢ ਦਿੱਤੇ ਸੀਗੇ ਵੀ ਜਿਹੜੇ ਪੁਰਾਣੇ ਟਾਈਮ ਟੇਬਲ ਆ ਜਿਹੜੇ ਉਹੀ ਚੱਲਣਗੇ ਜੀ 18 ਤਰੀਕ ਤੋਂ। ਜਿਹੜੇ ਪ੍ਰਾਈਵੇਟ ਅਦਾਰੇ ਆ ਜਿਵੇਂ ਉਹਨਾਂ ਨੂੰ ਪਹਿਲਾਂ ਟਾਈਮ ਵੱਧ ਮਿਲਦਾ ਸੀ ਉਵੇਂ ਦੁਬਾਰਾ ਮਿਲੂ? ਹਾਂ ਜਿਵੇਂ ਪ੍ਰਾਈਵੇਟ ਨੂੰ ਪਹਿਲਾਂ 10 ਮਿੰਟ ਮਿਲਦੇ ਸੀਗੇ ਸਰਕਾਰੀ ਬੱਸ ਨੂੰ 3 ਮਿੰਟ ਮਿਲਦੇ ਸੀਗੇ ਵੀ ਉਸੇ ਤਰ੍ਹਾਂ ਹੀ ਜਿਹੜਾ ਬੱਸ ਸਰਵਿਸ ਚੱਲੂਗੀ ਨਾ ਕਿ ਵੀ ਜਿਹੜੇ ਨਵੇਂ ਟਾਈਮ ਟੇਬਲਾਂ ਦੇ ਨਾਲ ਇੱਕੋ ਸਮਾਂ ਸਾਰਨੀ ਦਿੱਤੀ ਗਈ ਸੀ ਹਰੇਕ ਟਰਾਂਸਪੋਰਟ ਨੂੰ ਅਤੇ ਉਹ ਰੱਦ ਕਰਕੇ ਪੁਰਾਣਾ ਟਾਈਮ ਟੇਬਲ ਚਾਲੂ ਕਰ ਦਿੱਤਾ ਗਿਆ ਸੀਗਾ। ਕਿੰਨਾ ਕੁ ਘਾਟਾ ਪਊਗਾ ਇਹਨੂੰ ਸਰਕਾਰ ਨੂੰ? ਦੇਖੋ ਜੀ ਸਰਕਾਰ ਨੂੰ ਜਿਹੜਾ ਘਾਟਾ ਪੈਣਾ ਉਹ ਤਾਂ ਪੈਣਾ ਹੀ ਆ। ਦੇਖੋ ਜਿਹੜੀ ਕਮਾਈ ਸੀਗੀ ਉਹ 45-40 ਲੱਖ ਤੇ ਜਾਵੜੀ ਸੀਗੀ ਬਠਿੰਡਾ ਡਿਪੂ ਦੀ ਜਿਹੜੀ ਹੁਣ ਉਹ ਕਮਾਈ ਆ ਟਾਈਮ ਘੱਟ ਮਿਲਣ ਨਾਲ ਜਿਹੜੀ ਕਮਾਈ ਦੇ ਵਿੱਚ ਉਹ ਤਾਂ ਆਟੋਮੈਟਿਕ ਜਿਹੜਾ ਫਰਕ ਆ ਜਿਹੜਾ ਉਹ ਤਾਂ ਪੈਣਾ ਪੈਣਾ ਜੀ। ਉਹ ਮੁਲਾਜ਼ਮਾਂ ਤੇ ਵੀ ਗਾਂ ਅਸਰ ਪਊਗਾ? ਉਹ ਮੁਲਾਜ਼ਮ ਦੇਖੋ ਜੀ ਜੇ ਸਰਕਾਰੀ ਅਦਾਰੇ ਬਚਣਗੇ ਤਾਂ ਹੀ ਜਿਹੜੇ ਆ ਮੁਲਾਜ਼ਮਾਂ ਜਿਹੜੇ ਇਹਨਾਂ ਅਦਾਰਿਆਂ ਦੇ ਵਿੱਚ ਪੱਕੇ ਹੋਣਗੇ ਤਾਂ ਹੀ ਜਿਹੜੇ ਅਸੀਂ ਆਪਣੇ ਬਣਦੇ ਹੱਕ ਆ ਜਿਹੜੇ ਸਰਕਾਰੀ ਅਦਾਰੇ ਤੋਂ ਲੈ ਸਕਾਂਗੇ। ਜੇ ਅਦਾਰੇ ਹੀ ਜਿਹੜੀ ਘਾਟਾ ਦਿਖਾ ਕੇ ਇਹ ਬੰਦ ਕਰ ਦਿੱਤੇ ਗਏ ਤਾਂ ਜਿਹੜੇ ਮੁਲਾਜ਼ਮਾਂ ਜਿਹੜੇ ਉਹ ਆਪਣੇ ਹੱਕ ਆ ਜਿਹੜੇ ਅਦਾਰੇ ਤੋਂ ਕਿਸ ਤਰ੍ਹਾਂ ਪ੍ਰਾਪਤ ਕਰਨਗੇ ਜੀ? ਚੋਣ ਕਮਿਸ਼ਨ ਨੂੰ ਨਹੀਂ ਮਿਲੇ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ ਵੀ? ਦੇਖੋ ਜੀ ਸਾਡੀ ਜਿਹੜੀ ਪਟਿਆਲੇ ਦੀ ਸਾਂਝੀ ਐਕਸ਼ਨ ਕਮੇਟੀ ਆ ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਚਿੱਠੀ ਲਿਖੀ ਹੋਈ ਆ ਅਤੇ ਬਾਕੀ ਜਿਹੜੇ ਆ ਸਾਡੇ ਜਿਹੜੇ ਸੀਨੀਅਰ ਲੀਡਰ ਆ ਉਹਨਾਂ ਨੇ ਵੱਖ ਵੱਖ ਜਿਹੜੇ ਆਫੀਸਰ ਸਾਹਿਬਾਨ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਹੋਏ ਆ ਉਹਨਾਂ ਦੇ ਸੰਬੰਧਿਤ ਸਾਰਿਆਂ ਦੀਆਂ ਜਿਹੜੀਆਂ ਹੈਗੀਆਂ ਗੱਲਾਂਬਾਤਾਂ ਜਿਹੜੀਆਂ ਚੱਲ ਰਹੀਆਂ। ਜੇ ਮੰਨ ਲਓ ਨਾ ਸਿਰੇ ਚੜੀ ਫਿਰ ਅਗਲਾ ਕੀ ਐਕਸ਼ਨ ਹੋਊਗਾ? ਦੇਖੋ ਜੀ ਜੇ ਕੋਈ ਆਪਣਾ ਨਾ ਕੋਈ ਇਹਦੇ ਵਿੱਚ ਸਹਿਮਤੀ ਬਣੀ ਕਿਸੇ ਵੀ ਤਰ੍ਹਾਂ ਦੀ ਸਾਡਾ ਜਿਹੜਾ ਪ੍ਰੋਟੈਸਟ ਆ ਉਹ ਜਾਰੀ ਰਹੂਗਾ। ਜੇਕਰ ਆਰਟੀਓ ਸਾਹਿਬ ਨੇ ਜਿਹੜੇ ਨਵੇਂ ਟਾਈਮ ਟੇਬਲ ਨਾ ਚਲਾਏ ਤਾਂ ਜਿਹੜਾ ਸੰਘਰਸ਼ ਆ ਉਹ ਅਸੀਂ ਹੋਰ ਤਿੱਖਾ ਕਰ ਦਾਂਗੇ। ਇਹ ਦੇਖੋ ਜੀ ਚੋਣ ਜਾਬਤੇ ਤੋਂ ਪਹਿਲਾਂ ਰਾਜਾ ਵੜਿੰਗ ਜੀ ਵੱਲੋਂ ਨਵੇਂ ਟਰਾਂਸਪੋਰਟ ਮੰਤਰੀ ਸੀਗੇ ਜਿਹੜੇ ਉਹਨਾਂ ਨੇ ਨਵੇਂ ਟਾਈਮ ਟੇਬਲ ਚਲਾਏ ਸੀਗੇ ਅਤੇ ਜਦੋਂ ਹੀ ਚੋਣ ਜਾਬਤਾ ਲੱਗ ਗਿਆ ਨਾਲ ਦੀ ਨਾਲ ਜਿਹੜੇ ਪਹਿਲਾਂ ਪੁਰਾਣੇ ਟਾਈਮ ਟੇਬਲ ਸੀਗੇ ਉਹ ਦੁਬਾਰੇ ਆਰਟੀਓ ਸਾਹਿਬ ਨੇ ਚਲਾ ਤੇ ਜਿਹਦੀ ਵਜ੍ਹਾ ਕਰਕੇ ਸਾਨੂੰ ਸੰਘਰਸ਼ ਕਰਨਾ ਪਿਆ। ਨਹੀਂ ਨਹੀਂ ਜੀ ਇਹ ਆਰਟੀਓ ਸਾਹਿਬ ਵੱਲੋਂ ਚਲਾਏ ਗਏ ਆ ਕਿਉਂਕਿ ਰਾਜਾ ਸਾਹਿਬ ਨੇ ਤਾਂ ਨਵੇਂ ਜਿਹੜੇ ਟਾਈਮ ਟੇਬਲ ਸੀ ਉਹ ਚਲਾਏ ਸੀਗੇ ਜਦੋਂ ਚੋਣ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਇਹ ਪੁਰਾਣੇ ਟਾਈਮ ਟੇਬਲ ਆ ਜਿਹੜੇ ਚੱਲੇ ਆ ਜੀ। ਕਿਹਦੀ ਇਨਵੋਲਵਮੈਂਟ ਆ ਕਿਹਦੀ ਸ਼ਹਿਰ ਤੇ ਹੋ ਰਿਹਾ? ਇਹ ਤਾਂ ਸਰ ਆਰਟੀਓ ਸਾਹਿਬ ਨੂੰ ਪਤਾ ਹੋਊਗਾ ਕਿਉਂਕਿ ਉਹਨਾਂ ਨੇ ਸਾਈਨ ਕੀਤੇ ਆ ਉਹਨਾਂ ਨੇ ਪੁਰਾਣੇ ਟਾਈਮ ਟੇਬਲ ਚਲਾਏ ਆ। ਇਹਦੇ ਵਿੱਚ ਜਿਹੜੇ ਨਵੇਂ ਟਾਈਮ ਟੇਬਲ ਸੀਗੇ ਇਹਦੇ ਵਿੱਚ ਸਾਰੇ
कोई प्राइवेट कंपनी थी बेशक सरकारी कंपनी थी, सारे बराबर का टाइम दिता गया काउंटर तो ये तो जे पहले टाइम टेबल से उन्होंने प्राइवेट बस में दस दस मिनट थी काउंटर से, तो जी सरकारी बस थी उन्होंने 3 मिनट तो सारे टाइम है जोड़े बराबर कर दिए गए थे, बट फिर भी चोन जाबते तो बाद पुराने टाइम टेबल जोड़े लागू किए गए हैं। सर यही हो सकता है क्योंकि पहला जो नवे ट्रांसपोर्ट मंत्री साढ़े राजा वड़ेंग जी थे उन्होंने तो बिल्कुल सारे कंपनी थी उन्होंने बराबर करके रखा थी, बेशक सरकारी थी तो बेशक प्राइवेट सी, सारे बराबर काउंटर तो टाइम मिल लग गया। हाँ जी सर हूँ सानू डी सी साहब ने आर टी ओ साहब न मीटिंग साढ़े नुमिंदे जोड़े प्रधान साहबान वो गल कर गए हुए हैं, मीटिंग चल रही है जी। जे ना मसला हल हों दिसिया तो हूँ असी कला बठिंडा बंद किया, आने वाले टाइम के असी संघर्ष तिखा करांगे तो साढ़े जिन्हें भी बस स्टैंड है तो 29 डिपू है सारे बंद होणगे, आल पंजाब बंद करांगे असी।